ਸਸਰੀਕਾਲ ਦੋਸਤੋ ਮੇਰਾ ਨਾਮ ਲੇਖ ਰਾਏ ਪਿਆਨਾ ਡਿਵੈਲਪਮੈਂਟ ਮੈਨੇਜਰ ਨਾਰਥ ਹੈਡ ਸੁਮਿਲ ਕੈਮੀਕਲ ਬੰਬੇ ਦੀ ਜੋ ਇੰਡੀਅਨ ਮਲਟੀਨੇਸ਼ਨਲ ਕੰਪਨੀ ਹੈ ਮੈਂ ਤੇ ਮੇਰੇ ਸਾਥੀ ਮਿਸਟਰ ਹਰੀਓਮ ਸਿੰਘ ਜੀ ਅੱਜ ਅਸੀਂ 21 3 2022 ਨੂੰ ਸਰਦਾਜ ਜਸਕਰਨ ਸਿੰਘ ਜੀ ਪਿੰਡ ਕੋਠੇ ਅਜਮੇਰ ਸਿੰਘ ਵਾਲੇ ਤਹਿਸੀਲ ਐਂਡ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਅਸੀਂ ਇਹਨਾਂ ਦੇ ਖੇਤੇ ਵਿੱਚ ਪਹੁੰਚੇ ਹਾਂ ਦੋਸਤੋ ਜਿਹੜੀ ਤੁਸੀਂ ਇਹਨਾਂ ਦੇ ਪਿੱਛੇ ਕਣਕ ਦੇਖ ਰਹੇ ਹੋ ਇਹਦੀ ਵੈਰਾਈਟੀ ਜਿਹੜੀ ਹੈ ਉਹ 3086 ਹੈ ਤੇ ਇਹਦੇ ਵਿੱਚ ਮਿਸਟਰ ਹਰੀਓਮ ਸਿੰਘ ਜੀ ਨੇ ਤੇ ਅਸੀਂ ਦੋਨਾਂ ਨੇ ਮਿਲਾ ਕੇ ਟਰਾਈ ਆਨ ਜੈਡ ਐਫ ਐਸ ਯਾਨੀ ਐਸ ਆਈ ਜੈਡ 1 ਦਾ ਅੱਧੇ ਖਿੱਲੇ ਦੇ ਵਿੱਚ 2000 ਸਕਰ ਮੀਟਰ ਦੇ ਵਿੱਚ ਅਸੀਂ ਜਿਹੜੀ ਹੈਗੀ ਐਸ ਆਈ ਜੈਡ 1 ਦਾ 2 ਕਿਲੋ ਪਾ ਕੇ ਇਹਦੇ ਵਿੱਚ ਮਿੱਟੀ ਦੇ ਵਿੱਚ ਮਿਲਾ ਕੇ ਛਿੱਟਾ ਦਿਵਾਇਆ ਸੀ ਸੋ ਦੋਸਤੋ ਅੱਜ ਅਸੀਂ 21 3 2022 ਨੂੰ ਇਹਨਾਂ ਦੇ ਖੇਤ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਕੋਲ ਪੁੱਛਨੇ ਆ ਬਈ ਜਿੱਥੇ ਅਸੀਂ ਟਰਾਈ ਆਨ ਪਾਈ ਹੈ ਤੇ ਜਿੱਥੇ ਨਹੀਂ ਪਾਈ ਹੈ ਦੋਨਾਂ ਕਣਕਾਂ ਦੇ ਵਿੱਚ ਨਨ ਕੀ ਫਰਕ ਨਜ਼ਰ ਆ ਰਿਹਾ ਸੱਸਰੀ ਘਾਲ ਬਾਈ ਜੀ ਸੱਸਰੀ ਘਾਲ ਜੀ ਵੀਰ ਮੇਰੇ ਆਪਾਂ ਤੁਹਾਡੀ ਕਣਕ ਦੇ ਵਿੱਚ ਜਿਹੜਾਗਾ ਅੱਧੇ ਕਿੱਲੇ ਦੇ ਵਿੱਚ ਆਪਾਂ ਇਸ ਦਾ ਟ੍ਰਾਇਲ ਲਗਵਾਇਆ ਸੀਗਾ ਠੀਕ ਹੈ ਪਹਿਲੇ ਵੀ ਅਸੀਂ ਇੱਕ ਦੋ ਵਾਰੀਆਂ ਦੀ ਆਬਜ਼ਰਵੇਸ਼ਨ ਲੈ ਕੇ ਗਏ ਆ ਤੇ ਅੱਜ ਅਸੀਂ ਤੁਹਾਡਾ ਦੁਬਾਰਾ ਖੇਤ ਦੇ ਵਿੱਚ ਪਹੁੰਚੇ ਆ ਹੁਣ ਤੁਸੀਂ ਇਹ ਦੱਸੋ ਦੱਸੋ ਵੀ ਇਹਦੇ ਵਿੱਚ ਤੁਹਾਨੂੰ ਕਣਕ ਦੇ ਵਿੱਚ ਵੀਰ ਮੇਰੇ ਕੀ ਫਰਕ ਨਜ਼ਰ ਆ ਰਿਹਾ ਇਹ ਪਹਿਲਾਂ ਦਾ ਕਣਕ ਜਦੋਂ ਟਰਾਈਲ ਲਾਉਣ ਤੋਂ ਪਹਿਲਾਂ ਹੀ ਇਹ ਕਣਕ ਵਿਰਲੀ ਬਹੁਤ ਸੀਗੀ ਠੀਕ ਹੈ ਜੀ ਟਰਾਈਲ ਲੱਗ ਗਈ ਹਫ਼ਤੇ ਕੁ ਬਾਅਦ ਇਹ ਕਣਕਾਂ ਜੰਮ ਬਣਾ ਗਈ ਹਾਂ ਜੀ ਸਰਦਾਂ ਆਪਾਂ ਦੂਰ ਹੋ ਗਿਆ ਇਹਦਾ ਠੀਕ ਹੈ ਜੀ ਕਣਕ ਨੇ ਫੋੜ ਵੀ ਬਹੁਤ ਜ਼ਿਆਦਾ ਕੀਤੀ ਆ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਛਿੱਟੇ ਜੋ ਨਿਕਲਣਾ ਸ਼ੁਰੂ ਹੋਏ ਹੂੰ ਹੂੰ ਇਹ ਵੀ ਦੂਜੀਆਂ ਕਣਕਾਂ ਨਾਲੋਂ ਮਾੜਾ ਮੋਟਾ ਵੱਡੇ ਸੀਗੇ ਜੀ ਬੰਦੇ ਪੱਕੇ ਜਦੋਂ ਇਹਨਾਂ ਛਿੱਟੇ ਨਿਕਲੇ ਤੇ ਹੁਣ ਅਸੀਂ ਤੇ ਹਾਈਟ ਵੀ ਕਣਕ ਦੀ ਬਹੁਤ ਵਧੀਆ ਹੋਈ ਆ ਜਿਹੜੀ ਨਾਲ ਦੀ ਗਵਾਂਡਿਆਂ ਦੀ ਕਣਕ ਨਾਲ ਕੰਪੈਰੀਸ਼ਨ ਕੀਤਾ ਹਾਂਜੀ ਹਾਂਜੀ ਉਹਨਾਂ ਦੀ ਕਣਕ ਨਾਲੋਂ ਸਾਡੀ ਕਣਕ ਦੇ 5-7 ਦਾਣਿਆਂ ਦਾ ਵੀ ਫਰਕ ਆ ਹੂੰ ਇਹਦੇ ਦਾਣੇ ਦੂਜੀ ਕਣਕ ਨਾਲੋਂ ਵੱਧ ਆ ਇਹ ਵੀਰ ਮੇਰੇ ਤੁਸੀਂ ਦੋਸਤੋ ਦੇਖੋ ਜਿਹੜੀ ਮਿਸਟਰ ਹਰੀओम ਸਿੰਘ ਜੀ ਨੇ ਇਹ ਹੱਥ ਦੇ ਵਿੱਚ ਲੈ ਰੱਖਿਆ ਇਹ ਅਸੀਂ ਬਾਈ ਜੀ ਦੇ ਹੱਥ ਦੇ ਵਿੱਚ ਇਹਨਾਂ ਦੇ ਕੱਢੇ ਆਗੇ ਆ ਕੰਟਰੋਲ ਦੇ ਤੁਸੀਂ ਦੇਖ ਰਹੇ ਹੋ ਇੱਕ ਬੱਲੀ ਦੇ ਵਿੱਚ ਸਾਨੂੰ 42 ਦਾਣੇ ਨਿਕਲੇ ਆ ਹਾਂਜੀ ਤੇ ਜਿੰਦੇ ਵਿੱਚ ਆਪਾਂ ਰਾਈਉਣ ਯਾਨੀ ਐਸ ਆਈ ਜੈਡ 1 ਪਾਈ ਸੀਗੀ ਉਹਦੇ ਵਿੱਚ ਕਿੰਨੇ ਦਾਣੇ ਆ ਰਹੇ 47 ਦਾਣੇ 47 ਦਾਣੇ ਆ ਰਹੇ ਤੇ ਹੋਰ ਵੀਰ ਮੇਰੇ ਤੁਹਾਨੂੰ ਕੀ ਫਰਕ ਨਜ਼ਰ ਆ ਰਿਹਾ ਹੋਰੀ ਇਹ तकरीबन ਦੂਜੀ ਕਣਕ ਨਾਲੋਂ ਵੇਖੇ ਤਾਂ ਕੁਆਲਿਟੀ ਬਹੁਤ ਚੰਗੀ ਲੱਗਦੀ ਆ ਦਾਣਾ ਵੀ ਮੋਟਾ ਹੈ ਦਾ ਹਾਂ ਹਾਂ ਨਾਲੋਂ ਠੀਕ ਹੈ ਜੀ ਲੱਗਦਾ ਆ ਬਈ ਇਹ ਦੂਜੀ ਕਣਕ ਨਾਲੋਂ 2 2.5 ਕੁਇੰਟਲ ਦਾ ਫਰਕ ਹੋਊਗਾ ਵੱਧ ਨਿਕਲੂ ਇਹ 60 ਵੱਧ ਨਿਕਲੇ ਜਿਆਦਾ ਵੱਧ ਹੋ ਸਕਦਾ ਇਹਦਾ ਅੱਛਾ ਅੱਛਾ ਦੇਖਣ ਚ ਤਾਂ ਲੱਗਦਾ ਬਈ ਹਾਂਜੀ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਵੀਰ ਮੇਰੇ ਆਪੇ ਬਹੁਤ ਵਧੀਆ ਚੀਜ਼ ਹੈ ਜੀ ਇਹ ਹਾਂਜੀ ਹਾਂਜੀ ਤੇ ਇਹ ਕਣਕ ਵੀ ਬਰਲੀ ਸੀਗੀ ਤੇ ਵਧੀਆ ਜੀ ਹੁਣ ਕੱਦ ਵੀ ਬਹੁਤ ਆਜੀ ਸੰਘਣੀ ਹੋ ਗਈ ਜੀ ਠੀਕ ਹੈ ਜੀ ਸਾਸੀ ਦਾ ਹੁਣ ਕੱਦ ਘੱਟ ਹੀ ਹੁੰਦਾ ਇਹ ਤਾਂ ਬਹੁਤ ਵਧੀਆ ਕੱਦ ਆ ਜੀ ਤੂੜੀ ਵਾਸਤੇ ਵੀ ਠੀਕ ਹੈ ਜੀ ਲਾਭ ਜੀ ਵਾਹ ਠੀਕ ਹੈ ਜੀ ਤੂੜੀ ਵੀ ਜ਼ਿਆਦਾ ਹੋਊਗੀ ਇਹਦੇ ਨਾਲ ਠੀਕ ਹੈ ਵੀਰ ਜੀ ਤੇ ਦੋਸਤੋ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈ ਇਹਨਾਂ ਦੇ ਪਿੱਛੇ ਜਿਹੜੀ ਤੁਸੀਂ ਕਣਕ ਦੇਖ ਰਹੇ ਇਹਦੇ ਵਿੱਚ ਅਸੀਂ ਐਸ ਆਈ ਜੈਡ ਵਾਣੀ ਨਹੀਂ ਟ੍ਰਾਇਆ ਹੁਣ ਜਿਹੜਾ ਹੈਗਾ ਜੈਡ ਐਫ ਐਸ ਪਵਾਇਆ ਸੀਗਾ ਤੇ ਇਧਰ ਵਾਲੀ ਜਿਹੜੀ ਕਣਕ ਹੈਗੀ ਉਹ ਜਿਹੜੀ ਹੈਗੀ ਕੰਟਰੋ हाँ जी हरिओम जी तुम कहना चाहोगे बस मेरा कहना यही है सभी से कि इन लोगों के साथ जिस दिन हम ट्रायल लगाने आए थे उस टाइम पर यहाँ पर कम से कम पंद्रह से बीस व्यक्ति थे और बीच में जितने भी ऑब्जर्वेशन लिए हैं सभी के सामने लिए हैं और आज भी ये सभी खड़े हैं केवल सिंह हो गए भाई जी हो गए सारे तो सभी के सामने ये क्वेश्चन है कि पांच दानों का फर्क आ रहा है एक बल्ली थे तो हमें भी यही उम्मीद है कि आने वाले टाइम में ये दो से ढाई क्विंटल का झाड़ झाड़बद्ध देगी ਚਲੋ ਠੀਕ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ